ਆ ਰੋਟੀ ਤੇ ਕਿਰਨੀ ਚ ਆਪਾਂ ਪਾਣੀ ਭਰ ਲਿਆ, ਇੱਥੇ ਪਾਣੀ ਹੈ ਨੀਗਾ ਪੀਣ ਲਈ, ਮਾਹੌਲ ਪੂਰਾ ਬਣ ਚੁੱਕਿਆ। ਮੈਨੂੰ ਇਹ ਡਰ ਆ ਵੱਢੀ ਹੋਈ ਸਰੋਂ ਨੌੜ ਜਾਵੇ ਸਾਰੀ। ਚਲੋ ਜੀ ਮਿੱਤਰੋ, ਸਰੋਂ ਆਪਣੀ ਵੱਢੀ ਜਾ ਚੁੱਕੀ ਹੈ ਟਾਈਮ ਨਾਲ, ਉੱਤੇ ਮੀਂਹ ਵੀ ਹੋ ਰਿਹਾ, ਬਸ ਹੁਣ ਚੱਕ ਲਈਏ ਫਟਾਫਟ ਇਹਨੂੰ। ਟਰਾਲੀ ਕਹਿੰਦੀ ਹੋਣੀ ਗਰਮ ਕਰਕੇ ਠੰਡਾ ਹੀ ਛੋੜ ਦਈਏ। ਤਗੜਾ ਸਰੋਂ ਤੂੰ ਕੰਮ ਨਿਬੇੜਿਆ ਨੀ ਪੂਰਾ, ਅੱਜ ਅੱਧਾ ਛੱਡਤਾ ਹੈ। ਆ ਤੇਰੀਆਂ ਬੱਕਰੀਆਂ ਹੁੰਦੀਆਂ ਬਹੁਤ ਵੜਦੀਆਂ ਵਿੱਚ ਯਾਰ, ਸਾਰੀ ਕਣਕ ਭੰਨੀ ਪਈ ਆ। ਹੈਲੋ ਗਾਈਸ, ਗਾਈਸ ਵੈਲਕਮ ਟੂ ਡੇ ਵਿਸ ਦਸਾਂਝ ਵਲੋਗਸ ਨਵੇਂ ਗਰਮ ਗਰਮ ਵਲੋਗ ਮੈਂ ਆਪਣਾ ਸਵਾਗਤ ਹੈ। ਮੇਰਾ ਤਾਂ ਚਲੋ ਉੱਠਣ ਦਾ ਟਾਈਮ ਉਹੀ ਜਿਹਾ ਗਲਤ ਜਿਹਾ ਸੈੱਟ ਹੋ ਗਿਆ, 7 ਵਜੇ ਉੱਠਦਾ ਮੈਂ ਰੋਜ਼। ਅੱਜ ਨਾ ਮੈਂ ਸੋਚਿਆ ਹੋਇਆ ਸਾਰਾ ਵਲੋਗ ਐਸੇ ਹਿੰਦੀ ਮੇਂ ਬਣਾਤੇ ਹੈ, ਟੂਟਾ ਫੂਟਾ ਸਾ, ਦੇਖਤੇ ਹੈਂ ਮਜ਼ਾ ਆਏਗਾ। ਜੈਸੇ ਕਿ ਹਮਨੇ ਆਪਕੋ ਕੱਲ੍ਹ ਬਤਾਇਆ ਥਾ ਕਿ ਅੱਜ ਸਰੋਂ ਕਾਟਨੇ ਵਾਲੇ ਬੰਦੇ ਨੇ ਆਉਣਾ ਹੈ, ਸੋ ਵੋ ਆ ਚੁੱਕਾ ਹੈ, ਉਸਕੀ ਚਾਹ ਚੂਹ ਲੈ ਕੇ ਜਾਣਾ ਹੈ ਹਮਨੇ। ਮੌਸਮ ਵੀ ਥੋੜ੍ਹਾ ਖਰਾਬ ਸਾ ਹੋ ਰੱਖਾ ਹੈ, ਬੱਦਲ ਬੁੱਦਲ ਹੋ ਰੱਖਾ ਹੈ, ਸਵੇਰੇ ਥੋੜ੍ਹਾ ਸਾ ਮੀਂਹ ਵੀ ਪੜਾ ਹੈ। ਚਲੋ ਪਹਿਲੇ ਚੀਟਾ ਦੂਧ ਲੈ ਕੇ ਆਤੇ ਹੈ, ਫਿਰ ਉਸ ਬੰਦੇ ਕੀ ਚਾਹ ਲੈ ਕਰ ਜਾਏਂਗੇ। ਜਿਮ ਕੀ ਤੋ ਛੁੱਟੀ ਹੈ ਅਭੀ, ਬਾਕੀ ਬੈਕ ਪੇਨ ਕਾ ਵੀ ਅਪਡੇਟ ਯੇ ਹੈ ਕਿ ਥੋੜ੍ਹਾ ਸਾ ਔਰ ਕੰਮ ਹੋ ਗਿਆ ਹੈ, ਬਟ ਪੂਰੀ ਤਰ੍ਹਾਂ ਨਹੀਂ ਹਟਾ ਹੈ, ਝੁਕਨੇ ਮੇਂ ਪ੍ਰੋਬਲਮ ਆਤੀ ਹੈ, ਝੁਕੇਗਾ ਨਹੀਂ ਸਾਲਾ। ਅੱਛਾ ਅੱਛਾ, ਅੱਧਾ ਕਿਲੋਮੀਟਰ ਬੰਦੇ ਨੂੰ ਆਹ ਦੇਖ ਕੇ ਪਹਿਲਾਂ ਭੱਜ ਜਾਂਦੇ, ਸਾਈਡ 'ਤੇ ਲੁਕ ਜਾਂਦੇ, ਜਦੋਂ ਬੰਦਾ ਅੱਗੇ ਲੰਘ ਜਾਂਦਾ ਫਿਰ ਪਿੱਛੇ ਭੱਜਦੇ ਆ। ਤੋ ਮੌਸਮ ਚੈੱਕ ਕਰੋ ਮਿੱਤਰੋ, ਬੱਦਲ ਹੋਇਆ ਹੋਇਆ, ਵੈਸੇ ਥੋੜ੍ਹਾ ਘੱਟ ਗਿਆ ਹੁਣ, ਹਵਾ ਚੱਲ ਰਹੀ ਹੈ ਪੂਰੇ ਦੀ ਮੀਂਹ ਵਾਲੀ, ਪਿੱਛੇ ਹੀ ਆ ਗਿਆ ਆਂਡੇ ਵਾਲਾ ਯੈਲੋ ਪਾਰਟ, ਕੱਢ ਕੱਢ ਇਹਨੂੰ ਖਿਲਾਉਣਾ ਮੈਂ, ਅਤੇ ਮੇਰੇ ਮਗਰ ਹੀ ਪੈਂਦਾ, ਦੇਖ ਲਓ ਕਿੱਥੇ ਤੱਕ ਆ ਗਿਆ ਗਲੀ 'ਚੋਂ, ਕੁਛ ਨਹੀਂ ਦੁਨੀਆਦਾਰੀ 'ਚ ਰੱਖਿਆ ਮੈਂ ਦੇਖ ਲਿਆ। ਸਾਲੇ ਕੁੱਤੇ ਵੀ ਨਹੀਂ ਕਦਰ ਪਾਉਂਦੇ ਮੈਂ ਦੇਖ ਲਿਆ। ਬੰਦਾ ਲੱਗਾ ਹੋਇਆ ਆਪਣਾ ਮਗਰ ਸਰੋਂ 'ਚ, ਹੁਣ ਫੜਾ ਦਈਏ ਚਾਹ। ਉਹ ਬੱਲੇ ਸੁਨੀਲ ਕਿੱਦਾਂ, ਜੰਗਲ ਹਾਂ ਝੜਦੀ ਤਾਂ ਨਹੀਂ ਜ਼ਿਆਦਾ, ਮਾੜੀ ਮੋਟੀ ਤਾਂ ਝੜਨੀ ਹੈ, ਸੁੱਕ ਗਈ ਹਾਂ, ਆ ਲੈ ਚਾਹ। ਚਲੋ ਜੀ ਮਿੱਤਰੋ, ਚਾਹ ਹਮਨੇ ਪਕੜਾ ਦੀ ਹੈ, ਅਬ ਹਮ ਦੁੱਧ ਲੈਣ ਜਾ ਰਹੇ ਹੈ ਚਿੱਟਾ। ਸੋ ਕਣਕ ਕੋ ਕਾਟਨੇ ਕਾ ਤੋ ਆਏ, ਹਮਾਰਾ ਕੈਂਸਲ ਹੀ ਹੈ ਆਲਮੋਸਟ। ਵੈਸੇ ਵੈਦਰ ਵੀ ਦੇਖਾ ਮੈਨੇ ਕੱਲ੍ਹ ਕਾ ਜੋ 14 ਤਰੀਕਾ ਦਿਖਾ ਰਹਾ ਥਾ ਮੀਂਹ, ਉਹ ਕੰਮ ਹੋ ਗਿਆ ਹੈ, 20% ਰਹਿ ਗਿਆ ਹੈ, ਹੋਪ ਸੋ ਨਾ ਪੜੇ। ਸੋ ਵਿਸਾਖੀ ਵੀ ਆ ਜਾ, ਮੇਲੇ ਪੇ ਜਾਣੇ ਕਾ ਮਨ ਵੀ ਕਰ ਰਹਾ ਹੈ, ਬਟ ਕੰਮ ਵੀ ਹੈ ਹਮਾਰੇ, ਬੰਦਾ ਲਗਾਇਆ ਹੋਇਆ ਹੈ, ਤੋ ਉਸਕਾ ਰੋਟੀ ਪਾਣੀ ਵੀ ਮੁਝੇ ਲੇਕਰ ਜਾਣਾ ਪੜੇਗਾ। ਮਤਲਬ ਵੀ ਗੁਰਦੁਆਰਾ ਸਾਹਿਬ ਜਾਣਾ ਹੈ ਹਮਕੋ ਪ੍ਰਸ਼ਾਦੇ ਲੈ ਕੇ। ਅਰੇ ਮਿੱਤਰੋ, ਗੁਰਦੁਆਰਾ ਸਾਹਿਬ ਆਏ ਹਾਂ, ਪਹਿਲਾਂ ਪ੍ਰਸ਼ਾਦਾ ਲੈ ਕੇ, ਮੈਂ ਨਹਾਤਾ ਨਹੀਂ ਸੀਗਾ ਇਸ ਕਰਕੇ ਬਾਹਰ ਖੜਾ, ਬੀਬੀ ਗਈ ਅੰਦਰ। ਮੈਂ ਆਪਕੋ ਬਤਾਇਆ ਥਾ ਕੱਲ੍ਹ ਕਿ ਹਮਾਰੇ ਪਾਸ ਇੱਕ ਗੁਰਦੁਆਰਾ ਹੈ, ਜਾਂ ਵਿਸਾਖੀ ਕਾ ਮੇਲਾ ਲੱਗਤਾ ਹੈ, ਵਹਾਂ ਪੇ ਹਮਾਰੇ ਪਿੰਡ ਸੇ ਲੰਗਰ ਜਾਤਾ ਹੈ, ਸੋ ਸਾਰੇ ਜਣੇ ਆਪਣੇ ਆਪਣੇ ਘਰ ਮੇਂ ਸੇ ਪ੍ਰਸ਼ਾਦਾ ਬਣਾ ਕਰ ਲੈ ਕਰ ਆਤੇ ਹੈ ਯਹਾਂ ਪਰ, ਔਰ ਫਿਰ ਯਹਾਂ ਸੇ ਲੈ ਜਾਤੇ ਹੈ ਵਹਾਂ ਪੇ। ਉਹ ਦੇਖੋ ਟਰੈਕਟਰ ਟਰਾਲੀ ਆ ਚੁੱਕਾ ਹੈ, ਯਹਾਂ ਪੇ ਲੱਗ ਜਾਏਗਾ, ਜਿਸ ਨੇ ਜਾਣਾ ਹੋ ਵੋ ਜਾ ਸਕਤਾ ਹੈ। ਜੇ ਤੋ ਸ਼ਾਇਦ ਵੈਸੇ ਹੀ ਥਾ, ਮੈਨੂੰ ਵੀ ਕਾਫੀ ਟਾਈਮ ਹੋ ਗਿਆ ਵਿਸਾਖੀ 'ਤੇ ਗਏ ਨੂੰ, ਕਾਫੀ ਸਾਲ ਹੋ ਗਿਆ, ਕੰਮ ਕੁੰਮ ਜਿਹਾ 'ਚ ਇੱਦਾਂ ਹੀ ਆ ਵੀ ਟਾਈਮ ਨਹੀਂ ਲੱਗਦਾ। ਪਹਿਲੇ ਬੜਾ ਚਾਅ ਹੁੰਦਾ ਥਾ, 2-3 ਟਰਾਲੀਆਂ ਪਿੰਡ ਮੇਂ ਸੇ ਜਾਤੀ ਥੀ, ਕਹੀਂ ਕਹੀਂ ਖੜ ਜਾਤੀ ਥੀ, ਟਰਾਲੀ 'ਚ ਜਾਣ ਦਾ ਬਹੁਤ ਸਵਾਦ ਆਉਂਦਾ ਬਾਈ। ਮੌਸਮ ਦੁਬਾਰਾ ਫਿਰ ਤੋਂ ਸੀਰੀਅਸ ਜਿਹਾ ਹੋਣਾ ਸ਼ੁਰੂ ਹੋ ਗਿਆ। ਚਲੋ ਜੀ ਮਿੱਤਰੋ, ਆਪਾਂ ਰੋਟੀ ਲੈ ਕੇ ਚਲਾਉਂ ਸੁਨੀਲ ਕੀ। ਆ ਰੋਟੀ ਤੇ ਕਿਰਨੀ 'ਚ ਆਪਾਂ ਪਾਣੀ ਭਰ ਲਿਆ, ਇੱਥੇ ਪਾਣੀ ਹੈ ਨੀਗਾ ਪੀਣ ਲਈ, ਅਤੇ ਵੈਦਰ ਦੇਖੋ ਕਿੱਦਾਂ ਡਰਾਵਣਾ ਜਿਹਾ ਬਣ ਗਿਆ। ਆਲਮੋਸਟ ਅੱਧਾ ਕੰਮ ਤਾਂ ਹੋ ਚੱਲਿਆ ਵੱਢਣ ਵਾਲਾ, ਅੱਧੇ ਤੋਂ ਥੋੜ੍ਹਾ ਘੱਟ ਹੋਇਆ ਹਜੇ, ਮੀਂਹ ਤੋਂ ਪਹਿਲਾਂ ਪਹਿਲਾਂ ਹੋ ਜਾਵੇ ਤਾਂ ਵਧੀਆ, ਮੀਂਹ ਨਾ ਹੀ ਆਵੇ ਤਾਂ ਵਧੀਆ। ਆ ਲਾਉਣਾ ਚਾਰਜ 'ਤੇ, ਹਨੇਰੀ ਆਉਣ ਵਾਲੀ ਆ ਬਾਈ, ਮਾਹੌਲ ਪੂਰਾ ਬਣ ਚੁੱਕਿਆ। ਮੈਨੂੰ ਇਹ ਡਰ ਆ ਵੱਢੀ ਹੋਈ ਸਰੋਂ ਨੌੜ ਜਾਵੇ ਸਾਰੀ, ਆ ਰਿਹਾ ਪੂਰਾ ਝੱਖੜ ਤੂਫਾਨ ਚੜ ਕੇ, ਇੱਥੇ ਖੜ ਕੇ ਦੇਖਣਾ, ਹਵਾ ਵੀ ਪੂਰੀ ਠੰਡੀ ਆਉਣੀ ਸ਼ੁਰੂ ਹੋ ਗਈ ਆ, ਬਾਬਾ ਬੋਰਡ ਜੀ ਤੋਂ ਪਤਾ ਲੱਗ ਜਾਂਦਾ। ਕਣਕ ਦਾ ਆਪਣਾ ਵੈਸੇ ਹੀ ਕੈਂਸਲ ਸੀਗਾ, ਜੇ ਬਣਿਆ ਵੀ ਹੁੰਦਾ ਪਲਾਨ ਫਿਰ ਵੀ ਕੈਂਸਲ ਹੋ ਜਾਣਾ ਸੀਗਾ। ਬਸ ਕਰੋ ਯਾਰ, ਕੀ ਚੱਕਰ ਹੈ, ਕੀ ਗੱਲ ਕੱਲ੍ਹ ਕੀ ਹੈ, ਬਸ ਇੰਨੀ ਕੁ ਚੱਲੇ, ਇਦੂ ਵੱਧ ਨਾ ਚੱਲੇ, ਇੰਨੀ ਕੁ ਠੀਕ ਆ। ਚਲੋ ਹੁਣ ਜਾ ਕੇ ਨਹਾਈਏ ਧੋਈਏ, ਰੋਟੀ ਪਾਣੀ ਖਾਈਏ। ਮਿੱਤਰੋ ਭਤੀਜਾ ਕਿਹੜਾ ਹਮਾਰਾ, ਚਾਹ ਲੈ ਕੇ ਜਾਣੇ ਕਾ। ਮੌਸਮ ਵੈਸੇ ਉੱਦਾਂ ਦਾ ਹੀ ਹੈ, ਜ਼ਿਆਦਾ ਹਨੇਰੀ ਤਾਂ ਨਹੀਂ ਆਈ, ਉਦੋਂ ਲੱਗਦਾ ਹਨੇਰੀ ਬਹੁਤ ਆ ਜਾਣੀ ਆ, ਉਹ ਤਾਂ ਨਹੀਂ ਆਈ। ਚੱਲ ਕੇ ਦੇਖਦੇ ਹਾਂ ਕਿੰਨਾ ਕੁ ਕੰਮ ਹੋ ਗਿਆ। ਆਹ ਵਾਲੀ ਸਾਈਡ ਤਾਂ ਹੋ ਗਈ ਆ ਸਾਰੀ, ਆਹ ਰਹਿ ਗਿਆ ਇੱਕ ਸਾਈਡ, ਹੁਣ ਕਹਿ ਸਕਦੇ ਹਾਂ ਹਾਫ ਤੋਂ ਜ਼ਿਆਦਾ ਹੋ ਗਿਆ।
ਠੀਕ ਹੈ ਟਾਈਮ 'ਤੇ ਵੱਢ ਲਈ, ਇੰਨੀ ਜ਼ਿਆਦਾ ਸੁੱਕੀ ਨਹੀਂ ਹੈਗੀ, ਵੈਸੇ ਇੰਨੀ ਝੜਦੀ ਤਾਂ ਨਹੀਂ ਹੈਗੀ ਇਹ। ਸੁਨੀਲ ਚਾਹ ਪੀ ਲਾ। ਇਸਕਾ ਫੋਨ ਲੈ ਕੇ ਗਿਆ ਥਾ ਮੈਂ ਚਾਰਜ ਕੇ ਲਈ, ਉਹ ਭੁੱਲ ਹੀ ਆਇਆ ਮੈਂ, ਘਰ ਪੀ ਰਹਿ ਗਿਆ। ਸੋ ਸਰੋਂ ਆਪਾਂ ਅੰਦਰ ਨਹੀਂ ਰੱਖੀ ਦੀ, ਇੱਥੇ ਰੱਖ ਲਈ ਦੀ ਹੁੰਦੀ ਆ ਵੱਢ ਕੇ, ਇੱਥੇ ਕੰਮ ਸੌਖਾ ਰਹਿੰਦਾ ਆ। ਆਹ ਹੈਗੀ ਆ ਪੱਲੀ, ਪੱਲੀ ਦੇ ਦਿੰਦੇ ਹਾਂ, ਇਹਦਾ ਨਾ ਚੱਕ ਲੂਗਾ। ਲੋ ਜੀ ਮਿੱਤਰੋ, ਅੱਜ ਕਾ ਗੇੜਾ ਨੰਬਰ 3 ਮੋਟਰ ਕਾ 3 ਜਾਂ 4 ਮੈਨੂੰ ਪਤਾ ਨਹੀਂ, ਕਾਫੀ ਹੋ ਗਏ ਹੈ। ਅਬ ਮੈਂ ਸੁਨੀਲ ਕੀ ਰੋਟੀ ਔਰ ਚਾਹ ਲੈ ਕੇ ਜਾ ਰਹਾ ਹੂੰ। ਸਰੋਂ ਮੈਨੂੰ ਤਾਂ ਵੱਢ ਤਾਂ ਸਾਰੀ ਦਿੱਤੀ ਆ ਉਹਨੇ, ਮੈਂ ਇਹਨੂੰ ਉੱਥੇ ਰੱਖਣ ਨੂੰ ਗਿਆ ਸੀਗਾ, ਗਲਤੀ ਨੇ ਇੱਥੇ ਰੱਖ ਲਈ। ਚਲੋ ਟਾਈਮ 'ਤੇ ਪਹੁੰਚਿਆ ਮੈਂ, ਮੈਂ ਜਦੋਂ ਵੀ ਮੋਟਰ 'ਤੇ ਆਉਣਾ ਉਦੋਂ ਹੀ ਹਨੇਰੀ ਆ ਜਾਂਦੀ ਆ। ਸੁਨੀਲ ਉੱਥੇ ਰੱਖਣੀ ਆ, ਉੱਥੇ ਉੱਥੇ ਉੱਥੇ। ਚਲੋ ਜੀ ਮਿੱਤਰੋ, ਸਰੋਂ ਆਪਣੀ ਵੱਢੀ ਜਾ ਚੁੱਕੀ ਹੈ ਟਾਈਮ ਨਾਲ, ਉੱਤੇ ਮੀਂਹ ਵੀ ਹੋ ਰਿਹਾ, ਬਸ ਹੁਣ ਚੱਕ ਲਈਏ ਫਟਾਫਟ ਇਹਨੂੰ। ਜਿਹੜੀ ਪੱਲੀ ਮੈਂ ਸਵੇਰੇ ਦੇ ਕੇ ਗਿਆ ਸੀਗਾ ਇਹਨੂੰ ਪਾੜ ਗਈ ਆ, ਹੁਣ ਹੋਰ ਲੱਭਣੀ ਪੈਣੀ ਆ। ਆਹ ਹੈਗੀ ਆ ਇੱਕ ਬੱਟ, ਮੇਰੇ ਖਿਆਲ ਇਹ ਵੀ ਇੱਦਾਂ ਦੀ ਆ, ਠੀਕ ਠਾਕ ਹੀ ਆ। ਚਲੋ ਇਹਦੇ ਨਾਲ ਕੰਮ ਚੱਲ ਜਾਣਾ। ਅਗੜਾ ਸਰੋਂ ਤੂੰ ਕੰਮ ਨਿਬੇੜਿਆ ਨਹੀਂ ਪੂਰਾ, ਅੱਜ ਅੱਧਾ ਛੱਡਤਾ ਹੈ। ਉਹ ਨਹੀਂ, ਇਹ ਤਾਂ ਆਪਣਾ ਬਲੌਗ ਆ, ਉਹ ਵੀਡੀਓ ਨਹੀਂ ਹੈਗੀ। ਬਲੌਗ 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 ਹੈ ਜੀ, ਫਿਰ ਸਾਡੇ ਵਾਲੇ 'ਚ ਨਹੀਂ ਆਉਂਦਾ। ਸਬਸਕ੍ਰਾਈਬ ਨਹੀਂ ਕੀਤਾ ਹੋਣਾ ਤੂੰ, ਲੈ ਖੋਲ ਬਲੌਗ ਦੇਖ ਤੂੰ। ਸੋਚਿਆ ਮੈਂ ਕਿਹਾ ਚੱਕ ਹੋ ਗਈ ਹੋਣੀ ਆ, ਲਾ ਤਾ ਹੋਣਾ ਸੁਨੀਲ, ਤੇ ਮੈਨੂੰ ਵਿਸ਼ਵਾਸ ਹੈਗਾ ਇੰਨਾ, ਮੈਂ ਕਿਹਾ ਅੱਜ ਉਹਨੇ ਚੱਕ ਦੇਣਾ ਕੰਮ, ਬਟ ਸੁਨੀਲ ਨੇ ਧੋਖਾ ਦੇ ਦਿੱਤਾ ਹੈਗਾ ਕੰਮ ਅੱਧਾ ਹੀ। ਚੱਲ ਕੱਲ ਨੂੰ ਆ ਜੀ ਫਿਰ, ਠੀਕ ਹੈ ਭਾਜੀ। ਮੈਂ ਗਲਤੀ ਕਰ ਲਈ, ਮੋਟਰ 3 ਵੱਲ ਜਾ ਰਿਹਾ, ਬਟ ਮੀਂਹ ਸ਼ੁਰੂ ਹੋ ਗਿਆ ਆ, ਉਹੀ ਕੰਮ ਹੋ ਗਿਆ ਜਿਹਦਾ ਡਰ ਸੀਗਾ। ਬੱਕਰੀਆਂ ਵਾਲੇ ਜਾ ਰਹੇ, ਇਹਨਾਂ ਨੂੰ ਪੁੱਛਦੇ ਵੀ ਇਹੀ ਹੁੰਦੇ ਆ। ਸਰਜੀਤ ਵਧੀਆ ਵਧੀਆ, ਆ ਤੇਰੀਆਂ ਬੱਕਰੀਆਂ ਹੁੰਦੀਆਂ ਬਹੁਤ ਵੱਡੀਆਂ ਵਿੱਚ ਯਾਰ, ਸਾਰੀ ਕਣਕ ਭੰਨੀ ਪਈ ਆ। ਮੋਟਰ 3 ਐਵਰੀਥਿੰਗ ਆਲ ਰਾਈਟ, ਇੰਨਾ ਕੁ ਮੀਂਹ ਇੰਨੀ ਕੁ ਹਵਾ ਤਾਂ ਕੋਈ ਨੁਕਸਾਨ ਨਹੀਂ ਕਰਦੀ, ਉਹ ਤਾਂ ਨੋਰਮਲ ਚੀਜ਼ ਆ। ਜ਼ਿਆਦਾ ਮੀਂਹ ਨਾ ਪਵੇ, ਜ਼ਿਆਦਾ ਹਨੇਰੀ ਨਾ ਚੱਲੇ, ਗੜੀ ਮਾਰੀ ਨਾ ਹੋਵੇ, ਇਹ ਤਾਂ ਮੈਂ ਰੱਬ ਨੂੰ ਜ਼ਿਆਦਾ ਕਸਟਮਾਈਜ਼ ਨਹੀਂ ਕਰਦਾ। ਮੋਟਰ 1 ਵੱਲ ਹੈ ਨਹੀਂ ਸੀਗਾ ਮੀਂਹ, ਇੱਧਰ ਆਉਂਦੇ ਆਉਂਦੇ ਵੱਧ ਗਿਆ, ਸੋ ਮੈਨੂੰ ਲੱਗਦਾ ਮੈਨੂੰ ਵਾਪਸ ਜਾਣਾ ਚਾਹੀਦਾ ਮੋਟਰ 1 ਵਾਲੀ ਸਾਈਡ ਨੂੰ, ਇੱਥੇ ਮੀਂਹ ਆ ਰਿਹਾ, ਫਿਰ ਫਸ ਗਿਆ ਤਾਂ ਫਿਰ ਟਾਈਮ ਲੱਗ ਜਾਣਾ। ਮੋਟਰ 3 ਵੱਲ ਦੇਖੋ ਕਿੰਨਾ ਮੀਂਹ ਪੈ ਰਿਹਾ ਸੀ, ਮੈਂ ਸਾਰਾ ਭੀਗ ਗਿਆ, ਇੱਥੇ ਪੱਧਰਾ ਪਿਆ, ਇੱਥੇ ਕੁਛ ਵੀ ਨਹੀਂ ਹੈਗਾ, ਅੱਧੇ ਤੋਂ ਥੋੜ੍ਹੀ ਘੱਟ ਰਹੀ ਹੈ ਚੱਕਣ ਵਾਲੀ, ਮੈਂ ਐਕਸਪੈਕਟ ਕਰਦਾ ਸੀਗਾ ਚੱਕ ਹੋਜੂਗੀ ਸਾਰੀ। ਚਲੋ ਕੱਲ੍ਹ ਨੂੰ ਵੀ ਦਿਹਾੜੀ ਲੱਗੂਗੀ ਉਹਦੀ, ਵੈਸੇ ਕੰਮ ਤਾਂ ਥੋੜ੍ਹਾ ਜਿਹਾ 2-3 ਘੰਟੇ ਦਾ ਮੈਕਸੀਮਮ ਕੰਮ ਆ, ਬੱਚਾ ਆਪਾਂ ਕੋਈ ਹੋਰ ਕੰਮ ਕਰਾ ਲਾਂਗੇ ਉਸ ਤੋਂ। ਡਰਾਤਾ ਹੀ ਮੈਨੂੰ, ਮੈਂ ਕਿਹਾ ਸੱਪ ਬੈਠਾ। ਟਰਾਲੀ ਕਹਿੰਦੀ ਹੋਣੀ ਗਰਮ ਕਰਕੇ ਠੰਡਾ ਹੀ ਛੋੜ ਦਈਏ, ਕੋਈ ਨਹੀਂ ਕਰਦੇ ਗਰਮ। ਚਲੋ ਕੋਈ ਨਾ, ਹੁਣ ਫਿੱਟ ਕਰਦੇ ਆਪਾਂ ਸਮਾਨ, ਕੱਲ੍ਹ ਨੂੰ ਇੱਕ ਤੋਂ ਪੱਧਰਾ ਕਰਾ ਲਾਂਗੇ ਕੱਲ੍ਹ ਨੂੰ। ਸੋਭਾ ਵੀ ਇਹਦਾ ਕਈ ਦਿਨ ਤੋਂ ਕਮੈਂਟ ਆ ਰਿਹਾ ਸੀ, ਪੁੱਛ ਰਿਹਾ ਕਿ ਯੂਅਰ ਨੇਮ ਦੇਖੀ ਆ, ਮੈਂ ਤਾਂ ਫਿਰ ਅਰਦਾਸ 2 ਨਹੀਂ ਦੇਖੀ ਅਜੇ ਤੱਕ, ਮੈਂ ਯੂਅਰ ਨੇਮ ਕੀ ਦੇਖਣੀ ਆ। ਮੈਂ ਖਾਸ ਖਾਸ ਹੀ ਫਿਲਮਾਂ ਦੇਖਦਾ ਬਾਈ, ਜਦੋਂ ਕਿਤੇ ਘੁੰਮਣ ਦਾ ਮਨ ਕਰਦਾ, ਚਲੋ ਕਿਹੜੀ ਫਿਲਮ ਲੱਗੀ ਆ ਦੇਖ ਆਉਂਦੇ ਹਾਂ, ਉੱਦਾਂ ਕੁਛ ਖਾਸ ਨਹੀਂ ਦੇਖੀ ਅਜੇ। ਹੁਣ ਦਲਜੀਤ ਬਾਈ ਦੀ ਆਈ ਆ ਨੈੱਟਫਲਿਕਸ 'ਤੇ ਫਿਲਮ, ਜਿਹੜੀ ਆ ਚਮਕੀਲਾ, ਮੈਂ ਉਹ ਦੇਖਣੀ ਆ। ਬਾਕੀ ਆ ਯੂਅਰ ਨੇਮ ਤਾਂ ਮੈਨੂੰ ਪਤਾ ਵੀ ਨਹੀਂ ਕੀ ਆ, ਮੈਂ ਹੁਣੀ ਸਰਚ ਕਰਕੇ ਦੇਖਿਆ ਤਾਂ ਕੋਈ ਕਾਰਟੂਨ ਜਿਹਾ ਆ ਬਾਈ, ਕਾਰਟੂਨ ਦੇਖਣ ਨੂੰ ਹੁਣ ਨਿਆਣੇ ਯਾਰ ਅਸੀਂ, ਮੈਨੂੰ ਪਤਾ ਹੁਣ ਤੁਸੀਂ, ਕਿਉਂਕਿ ਕਾਰਟੂਨ ਨਹੀਂ ਹੈਗੇ, ਦੂਜਾ ਪਤਾ ਨਹੀਂ ਕੀ ਕਹਿੰਦੇ ਉਹਨੂੰ ਸ਼ਬਦ ਜਿਹਾ, ਨਾਈਮ ਪਤਾ ਨਹੀਂ ਕੀ ਕੁਛ। ਅੱਜ ਪੰਜਾਬ ਦਾ ਮੈਚ ਆ ਰਾਜਸਥਾਨ ਨਾਲ, ਅਤੇ ਮੈਚ ਹੈਗਾ ਵੀ ਆਪਣੇ ਇੱਥੇ ਆ ਮੁੱਲਾਪੁਰ ਮੋਹਾਲੀ 'ਚ, ਪੰਜਾਬ ਵਾਲੇ ਠੀਕ ਕਰ ਰਹੇ ਆ ਵਿਚਾਰੇ, ਕਲੋਜ਼ ਆ ਕੇ ਹਾਰ ਜਾਂਦੇ ਹਰੇਕ ਵਾਰ ਦਾ, ਇਹਨਾਂ ਦਾ ਕੰਮ ਆ ਉਹੀ ਕਲੋਜ਼ ਮੈਚ, ਇਹਨਾਂ ਨੂੰ ਐਂਡ 'ਤੇ ਭਾਰੀ ਪੈਂਦੇ ਆ। ਸੋ ਅੱਜ ਦਾ ਦੂਜਾ ਕਮੈਂਟ, ਅਮਾ ਚਲੋ ਸਿਰ 'ਤੇ ਚੱਲੀ ਵੈਸੇ ਤਾਂ ਮੌਸਮ ਠੰਡਾ ਆ, ਠੰਡਾ ਜ਼ਿਆਦਾ ਔਖਾ ਦਿਖਾ, ਠੰਡਾ ਔਖਾ ਆ ਗਰਮੀਆਂ 'ਚ, ਠੰਡਾ ਨਹੀਂ ਨਹੀਂ ਹਾਂ, ਮੀਂਹ ਵੀ ਆ ਸਕਦਾ, ਮੀਂਹ ਵੀ ਆ ਸਕਦਾ। ਸਾਈਡ 'ਤੇ ਤਾਂ ਚੱਲ ਗਿਆ ਸੀ, ਮੈਨੂੰ ਵਾਪਸ ਮੁੜ ਕੇ ਆਉਣਾ ਪਿਆ, ਮੇਰਾ ਨੈੱਟ ਖਤਮ ਹੋ ਗਿਆ, ਹੁਣ ਹੋਟਸਪੋਟ ਔਨ ਕਰਕੇ ਰੀਚਾਰਜ ਕਰੀਏ। ਸੋ ਰੀਚਾਰਜ ਕਰਕੇ ਦੁਬਾਰਾ ਵਾਪਸ ਆਇਆ, ਹੁਣ ਮਸੀਂ ਰੀਚਾਰਜ ਹੋਇਆ, ਪਤਾ ਨਹੀਂ ਸਾਰੀ ਸਪੀਡ ਘਟੀ ਸੀ। ਸੋ ਲਓ ਜੀ ਮਿੱਤਰੋ, ਮਾਮੇ ਤੋਂ ਲੀਚੀ ਫਲੇਵਰ ਧੋਖਾ ਖਾਣ ਤੋਂ ਬਾਅਦ ਮੈਂ ਸਾਈਡ 'ਤੇ ਇਕੱਲੇ ਹੀ ਆ ਚੁੱਕਾ ਜੀ, ਰਾਈਟ ਨੂੰ ਸਟੈਪ ਹੋਏ ਆਪਣੇ 5000, ਜਿਹੜੀ ਚੀਜ਼ ਤਾਂ ਮੈਨੂੰ ਡਰ ਸੀ ਉਹੀ ਹੋ ਗਈ, ਮੀਂਹ ਪੈਣਾ ਸਟਾਰਟ ਹੋ ਗਿਆ, ਉਹ ਕੰਟੀਨਿਊ ਕਰਦੇ ਹਾਂ, ਦੇਖੀ ਜਾਊਗਾ ਭੱਜ ਲਾਂਗੇ ਫਿਰ, ਜ਼ਿਆਦਾ ਗਿਆ ਜੀ। ਚਲੋ ਜੀ ਮਿੱਤਰੋ, 10000 ਸਟੈਪ ਆਪਣੇ ਹੋ ਗਿਆ ਕੰਪਲੀਟ, ਵੈਸੇ 10000 ਛੱਡ ਕੇ 12000 ਹੋ ਗਿਆ, ਟਾਈਮ ਵੀ 10 ਟੱਪ ਗਿਆ, ਜਦੋਂ ਕਿਸੇ ਦਾ ਫੋਨ ਆ ਜਾਂਦਾ ਫਿਰ ਜ਼ਿਆਦਾ ਤੁਰਿਆ ਜਾਂਦਾ, ਫਿਰ
ਲੱਤਾਂ ਭੁੱਲ ਜਾਂਦਾ ਮੈਂ। ਪੰਜਾਬ ਵਾਲੇ ਤਾਂ ਬਾਈ ਜਲੂਸ ਹੀ ਕੱਢੀ ਜਾਂਦੇ ਅੱਜ ਵੀ। ਲਓ ਜੀ, ਜੋ ਚੀਜ਼ ਐਕਸਪੈਕਟਡ ਸੀ ਹੋ ਗਈ, ਪੰਜਾਬ ਵਾਲੇ ਮੈਚ ਹਾਰ ਚੁੱਕੇ ਆ, ਪਤਾ ਹੀ ਸੀਗਾ ਵੈਸੇ। ਕਲੋਜ਼ ਜਾ ਕੇ ਹਾਰਦੇ ਆ ਸਾਲੇ, ਵੈਸੇ ਹੀ ਹਾਰ ਜਾ ਕਰੋ, ਕਿਉਂ ਦਿਲ ਤੜਫਾਉਂਦੇ ਆ ਸਾਡਾ। ਹਾਂ ਵਿਚਾਰੀ, ਪਤਾ ਨਹੀਂ ਕਿੰਨੇ ਦਿਨ ਹੋ ਗਏ ਪੜ੍ਹੀ ਨਹੀਂ ਯਾਰ। ਕੋਈ ਨਹੀਂ ਕੋਈ ਨਹੀਂ, ਤੂੰ ਤਾਂ ਫੇਕਦਾ ਵਾ, ਮੈਂ ਤਾਂ ਮੇਨ ਚੈਨਲ ਛੱਡਿਆ ਹਜੇ। ਬਾਕੀ ਮੈਂ ਬੈਕ ਪੇਨ ਦਾ ਅਪਡੇਟ ਦੇਣਾ ਭੁੱਲ ਗਿਆ ਮੇਰੇ ਖਿਆਲ ਨਾਲ, ਹੁਣ ਠੀਕ ਆ, ਕਾਫੀ ਹੱਦ ਤੱਕ ਠੀਕ ਆ, ਬਟ ਨੋਟ 100%, ਬਟ 90% ਠੀਕ ਆ। ਕੱਲ੍ਹ ਨੂੰ ਸੰਡੇ ਆ, ਚਲੋ ਕੱਲ੍ਹ ਤਾਂ ਜਿੰਮ ਜਾਣਾ ਨਹੀਂ ਆਪਾਂ, ਪਰਸੋਂ ਤੱਕ ਹੋ ਜਾਣੀ ਸੈੱਟ। ਚਲੋ ਜੀ ਮਿੱਤਰੋ, ਆਲਮੋਸਟ 11:30 ਹੋ ਚੁੱਕਿਆ, ਸੋ ਅੱਜ ਦਾ ਵਲੋਗ ਆਪਣਾ ਐਡਿਟ ਹੋ ਚੁੱਕਾ, ਇੱਕ ਨਹੀਂ ਕੀਤਾ ਵੈਸੇ, ਅੱਜ 2.5 ਵਲੋਗ ਐਡਿਟ ਕੀਤੇ ਆਪਾਂ, ਕੰਮ ਆਪਣਾ ਕੰਮ ਪਿੱਛੇ ਪੈ ਗਿਆ ਸੀਗਾ, ਸੋ ਮੈਂ ਖਿੱਚ ਕੇ ਦੁਬਾਰਾ ਟਰੈਕ 'ਤੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ, ਵਧੀਆ ਰਿਹਾ ਕਹਿਣ ਦਾ ਮਤਲਬ ਅੱਜ ਦਾ ਦਿਨ। ਸੋ ਹੁਣ ਟਾਈਮ ਹੋ ਚੁੱਕਿਆ ਸੌਣ ਦਾ ਅਤੇ ਬੈੱਡ ਨੂੰ ਜਿੱਥੇ ਪਾਉਣ ਦਾ। ਥੈਂਕ ਯੂ ਸੋ ਮਚ ਅੱਜ ਕਿਸ ਵਲੋਗ ਕੋ ਪਹੁੰਚਣੇ ਕੇ ਲੀਏ, ਮਿਲਤੇ ਹੈ ਕੱਲ੍ਹ ਵਾਲੇ ਵਲੋਗ ਮੈਂ।